ਚੋਣ ਮੈਦਾਨ ਵਿੱਚ ਆਹਮੋ ਸਾਹਮਣੇ ਆਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਟਵਿੱਟਰ ਤੇ ਵੀ ਭਿੜ ਗਏ ਨੇ। ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਪਾਰੀਆਂ ਤੇ ਆਏ ਮੈਨੀਫੈਸਟੋ ਤੋਂ ਕੀਤੀ ਤਾਂ ਕੇਜਰੀਵਾਲ ਨੇ ਕੈਪਟਨ ਨੂੰ ਖੁੱਲੇ ਮੰਚ ਤੋਂ ਬਹਿਸ ਦੀ ਚੁਣੌਤੀ ਦਿੱਤੀ। ਫਿਰ ਕੈਪਟਨ ਨੇ ਲਲਕਾਰਿਆ ਤਾਂ ਕੇਜਰੀਵਾਲ ਨੇ ਆਪਣੀ ਟੀਮ ਨੂੰ ਅੱਗੇ ਕਰ ਦਿੱਤਾ। ਪੰਜਾਬ 'ਚ ਹਰ ਮੈਦਾਨ ਚੋਣ ਦੰਗਲ ਦੇ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਮੈਨੀਫੈਸਟੋ ਤੇ ਟਿੱਪਣੀ ਕੀ ਕੀਤੀ। ਅਰਵਿੰਦ ਕੇਜਰੀਵਾਲ ਵੀ ਟਵੀਟ ਮੈਦਾਨ ਦੇ ਵਿੱਚ ਕੁੱਦ ਪਏ, ਪਰ ਬਹਿਸ ਦੇ ਲਈ ਖੁਦ ਦਾ ਨਾਮ ਨਾ ਦੇ ਕੇ ਪੰਜਾਬ ਯੂਨਿਟ ਦੇ 4 ਨਾਮ ਦਿੱਤੇ ਅਤੇ ਦੋਨੇ ਆਗੂਆਂ ਦੇ ਵੱਲੋਂ ਇੱਕ ਦੂਜੇ ਨੂੰ ਟੈਗ ਕਰਕੇ ਲੰਬਾ ਅਤੇ ਦਿਲਚਸਪ ਟਵੀਟ ਵਾਰ ਚੱਲਿਆ। ਸ਼ੁਰੂਆਤ ਕੁਝ ਇਸ ਤਰ੍ਹਾਂ ਹੋਈ। ਕੈਪਟਨ ਨੇ ਕਿਹਾ, ਕਰੇਜ਼ ਦਿਖਾਓ ਅਤੇ ਬਹਿਸ ਕਰੋ, ਜਗ੍ਹਾ ਸਮਾਂ ਅਤੇ ਪਲੇਟਫਾਰਮ ਖੁਦ ਚੁਣੋ। ਫਿਰ ਕੇਜਰੀਵਾਲ ਨੇ ਪ੍ਰਤੀਕਰਮ ਦਿੰਦੇ ਹੋਏ ਟਵੀਟ ਕੀਤਾ, ਸਰ ਮੈਂ ਕਿਸੇ ਦੇ ਪਿੱਛੇ ਨਹੀਂ ਲੁਕ ਰਿਹਾ, ਮੈਂ ਰਾਹੁਲ ਜੀ ਅਤੇ ਸੋਨੀਆ ਜੀ ਦੇ ਨਾਲ ਬਹਿਸ ਦੇ ਲਈ ਕਦੇ ਵੀ ਤਿਆਰ ਹਾਂ, ਸਾਡੀ ਪੰਜਾਬ ਟੀਮ ਤੁਹਾਡੇ ਨਾਲ ਬਹਿਸ ਕਰੇਗੀ। ਕੇਜਰੀਵਾਲ ਨੇ ਟਵੀਟ ਕੀਤਾ, ਸਰ ਪੰਜਾਬ ਦੇ ਲੋਕ ਗੱਲ ਕਰ ਰਹੇ ਨੇ ਕਿ ਤੁਸੀਂ ਬਿਕਰਮ ਸਿੰਘ ਮਜੀਠੀਆ ਦੇ ਮਾਦਕ ਪਦਾਰਥ ਦੇ ਰੁਪਿਆਂ ਦਾ ਇਸਤੇਮਾਲ ਆਪਣੇ ਪ੍ਰਚਾਰ ਮੁਹਿੰਮ ਦੇ ਲਈ ਕਰ ਰਹੇ ਹੋ, ਕੀ ਇਹ ਸਹੀ ਹੈ? ਤੁਸੀਂ 3 ਸਾਲ ਪਹਿਲਾਂ ਉਹਨੂੰ CBI ਜਾਂਚ ਵਿੱਚ ਬਚਾਇਆ ਸੀ। ਪੰਜਾਬ ਕਾਂਗਰਸ ਦੇ ਮੁਖੀ ਨੇ ਫੌਰਨ ਟਿੱਪਣੀ ਕਰਦੇ ਹੋਏ ਕੇਜਰੀਵਾਲ ਨੂੰ ਟਵੀਟ ਕੀਤਾ, ਜਦੋਂ ਤੁਹਾਡੀਆਂ ਉਮੀਦਾਂ 100 ਤੋਂ ਘੱਟ ਕੇ 30 ਉੱਤੇ ਆ ਜਾਣ ਅਤੇ ਅਜੇ ਵੀ ਇਸ ਦੇ ਵਿੱਚ ਨਿਗਾਰ ਆ ਰਿਹਾ ਹੋਵੇ ਤਾਂ ਖੁਦ ਭ੍ਰਮਿਤ ਕਰਨ ਦੇ ਲਈ ਮਜਬੂਰ ਹੋ ਰਹੇ ਹੋ ਅਤੇ ਚੀਜ਼ਾਂ ਨੂੰ ਇਸ ਤਰ੍ਹਾਂ ਵੇਖ ਰਹੇ ਹੋ ਜੋ ਵਜੂਦ ਦੇ ਵਿੱਚ ਨਹੀਂ ਨੇ। ਫਿਰ ਕੇਜਰੀਵਾਲ ਨੇ ਟਵੀਟ ਕੀਤਾ, ਸਰ ਚੰਗਾ ਹੁੰਦਾ ਤੁਸੀਂ ਸਾਡੀ ਪੰਜਾਬ ਟੀਮ ਨਾਲ ਡਿਬੇਟ ਨੂੰ ਤਿਆਰ ਹੋ ਜਾਂਦੇ, ਖੈਰ ਤੁਹਾਡੀ ਮਰਜ਼ੀ, ਪਰ ਸਰ ਸੌਰੀ, BJP ਦੀ ਫੌਜ ਤੁਹਾਨੂੰ ਕਿਉਂ ਡਿਫੈਂਡ ਕਰ ਰਹੀ ਹੈ? ਕੈਪਟਨ ਨੇ ਟਵੀਟ ਕੀਤਾ, ਤੁਸੀਂ ਮੈਨੂੰ ਮਜੀਠੀਆ ਦੇ ਨਾਲ ਖੜਾ ਕੀਤਾ, ਹੁਣ BJP ਦੇ ਨਾਲ, ਅਤੇ ਹੁਣ ਤੁਸੀਂ ਕਹੋਗੇ ਕਿ ਕੈਪਟਨ ਡੋਨਲਡ ਟਰੰਪ ਦੇ ਨਾਲ ਮਿਲ ਕੇ ਉਹਨਾਂ ਦੇ ਖਿਲਾਫ ਸਾਜ਼ਿਸ਼ ਰਚ ਰਹੇ ਨੇ। ਅਰਵਿੰਦ ਕੇਜਰੀਵਾਲ ਨੇ ਫੇਰ ਟਵੀਟ ਕੀਤਾ ਕਿ ਉਹ ਕਿਸੇ ਦੇ ਪਿੱਛੇ ਨਹੀਂ ਲੁਕ ਰਹੇ ਔਰ ਰਾਹੁਲ ਜੀ ਅਤੇ ਸੋਨੀਆ ਜੀ ਨਾਲ ਕਿਸੇ ਵੀ ਸਮੇਂ ਬਹਿਸ ਦੇ ਲਈ ਤਿਆਰ ਨੇ ਅਤੇ ਉਹਨਾਂ ਦੀ ਪੰਜਾਬ ਯੂਨਿਟ ਕੈਪਟਨ ਨਾਲ ਬਹਿਸ ਦੇ ਲਈ ਤਿਆਰ ਹੈ। ਜਿਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ, ਕੇਜਰੀਵਾਲ ਖੁਦ ਨੂੰ ਆਮ ਆਦਮੀ ਕਹਿੰਦੇ ਨੇ ਪਰ ਉਹ ਬਹਿਸ ਕੇਵਲ ਪ੍ਰਧਾਨ ਮੰਤਰੀ ਅਤੇ ਪਾਰਟੀਆਂ ਦੇ ਮੁਖੀਆਂ ਦੇ ਨਾਲ ਕਰਦੇ ਨੇ। ਕੈਪਟਨ ਦਾ ਜਵਾਬ ਆਇਆ, ਤੁਸੀਂ ਭੱਜ ਰਹੇ ਹੋ, ਤੁਹਾਡੀ ਆਮ ਆਦਮੀ ਪਾਰਟੀ ਲੋਕਾਂ ਉੱਤੇ ਬਸ ਇਲਜ਼ਾਮ ਲਗਾਉਂਦੀ ਹੈ ਤੇ ਭੱਜ ਜਾਂਦੀ ਹੈ, ਕਦੇ PM ਉੱਤੇ ਤਾਂ ਕਦੇ ਕਿਸੇ ਪਾਰਟੀ ਦੇ ਮੁਖੀ ਉੱਤੇ। ਅਮਰਿੰਦਰ ਸਿੰਘ ਨੇ ਦੂਜੇ ਟਵੀਟ ਦੇ ਵਿੱਚ ਲਿਖਿਆ ਕਿ ਪੰਜਾਬੀ ਸਾਹਮਣੇ ਤੋਂ ਮੁਕਾਬਲਾ ਕਰਨਾ ਪਸੰਦ ਕਰਦੇ ਨੇ, ਨਾ ਕਿ ਪਿੱਛੇ ਤੋਂ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਟਵੀਟ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਮੰਨ ਲਿਆ ਕਿ ਉਹ ਖੁੱਲੀ ਬਹਿਸ ਦੇ ਵਿੱਚ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦੇ। ਪੰਜਾਬ ਦੀ ਸਿਆਸਤ ਦੇ ਵਿੱਚ ਕੈਪਟਨ ਕੇਜਰੀਵਾਲ ਦੀ ਟਵੀਟ ਦੀ ਖੂਬ ਚਰਚਾ ਹੈ, ਜਿਸ ਵਿੱਚ ਕੇਜਰੀਵਾਲ ਕੈਪਟਨ ਨਾਲ ਮੁਕਾਬਲੇ 'ਚ ਪਿੱਛੇ ਹਟਦੇ ਨਜ਼ਰ ਆਏ। ਬਿਊਰੋ ਰਿਪੋਰਟ, ਜ਼ੀ ਮੀਡੀਆ।